ਅੱਗੇ ਵਧਦਿਆਂ ਸੀਰੀਆ ਦੇ ਵਿੱਚ ਫਸੀ ਭਾਰਤੀ ਮਹਿਲਾ ਲਈ ਮਸੀਹਾ ਬਣੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ। ਸੰਤ ਸੀਚੇਵਾਲ ਦੇ ਯਤਨਾਂ ਸਦਕਾ 2.5 ਮਹੀਨੇ ਬਾਅਦ ਵਾਪਸ ਵਤਨ ਪਰਤੀ ਮਹਿਲਾ ਅਤੇ ਏਜੰਟ ਨੇ ਕੁਝ ਪੈਸਿਆਂ ਪਿੱਛੇ ਜਿਹੜਾ ਇਹ ਬਾਹਰ ਭੇਜ ਦਿੱਤਾ ਸੀ, ਵਿਦੇਸ਼ ਭੇਜ ਦਿੱਤਾ ਸੀ ਚੰਗੇ ਭਵਿੱਖ ਦੇ ਲਈ, ਰੋਜ਼ੀ ਰੋਟੀ ਕਮਾਉਣ ਦੇ ਲਈ। ਜਦੋਂ ਮਹਿਲਾ ਨੇ ਬਾਹਰ ਦਾ ਰੁਖ ਕੀਤਾ ਤਾਂ ਉੱਥੇ ਵੀ ਬਾਹਲੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਹੁਣ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਪੰਜਾਬ, ਉਹਨਾਂ ਦੀਆਂ ਮਿਹਨਤਾਂ ਸਦਕਾ ਜਿਹੜੀ ਹੈ ਮਹਿਲਾ ਵਾਪਸ ਵਤਨ ਪਰਤੀ ਹੈ। ਪੀੜਿਤ ਮਹਿਲਾ ਨੇ ਸੰਤ ਸੀਚੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਟੂਰਿਸਟ ਵੀਜ਼ੇ ਤੇ ਗਈ ਸੀਗੀ, 1 ਮਹੀਨੇ ਦਾ ਵੀਜ਼ਾ ਦਿੱਤਾ ਸੀ ਮੈਨੂੰ ਉਹਨਾਂ ਨੇ। ਮੈਂ ਦੁਬਈ ਲਈ ਗਈ ਸੀਗੀ, ਹਾਂਜੀ, ਸੋਨੀਆ ਨਾਮ ਦੀ ਜਾਣਤਾ ਜਿਨ੍ਹਾਂ ਕੋਲ ਗਈ ਸੀਗੀ ਮੈਂ, ਹਾਂਜੀ, ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਤੇ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ। 1 ਮਹੀਨਾ ਉਹਨਾਂ ਨੇ ਮੇਰਾ ਆਈ ਨਿਘਾਤਾ, ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ, ਜਾਣੀ ਕਿ ਮੈਨੂੰ ਸੀਰੀਆ ਦਾ ਨਹੀਂ ਬੋਲਿਆ ਸੀ, ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜੋਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ, ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ। ਤਕਰੀਬਨ 25 ਕੁ ਦਿਨ ਪਹਿਲਾਂ ਜਿਹੜੀ ਦੇ ਵਿੱਚ ਇਹ ਲੜਕੀ ਵਾਪਸ ਕਰਿਆ ਗਈ, ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ, ਸਭ ਤੋਂ ਵੱਧ ਧੰਨਵਾਦ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਦਾ, ਉਹਦੇ ਚਰਨਾਂ ਦਾ, ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋਲ ਵਾਪਸ ਆਈਏ। ਪਰਿਵਾਰ ਵਿੱਚ ਆਉਣਾ ਹੀ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਆ। ਅਤੇ ਦੂਸਰਾ ਉਹਦੇ ਵਿੱਚ ਅਸੀਂ ਅੰਬੈਸੀ ਦਾ ਵੀ ਬਹੁਤ ਬਹੁਤ ਭਾਰਤੀ ਅੰਬੈਸੀ ਦਾ ਧੰਨਵਾਦ ਕਰਦੇ ਹਾਂ, ਜਿੰਨੇ ਵੀ ਉੱਥੇ ਅਧਿਕਾਰੀ ਆ, ਸੋ ਉਹਨਾਂ ਨੇ ਉਸ ਗੱਲ ਨੂੰ ਸੁਣਿਆ, ਇਹਦੀ ਹੈਲਪ ਕੀਤੀ, ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ।